ਸਰੋਂ ਦੀ ਮੂੰਗੀ ਦੀ ਮਾਹਾਂ ਦੀ ਜਾਂ ਇਸ ਟਾਈਮ ਛੋਲਿਆਂ ਦੀ ਬਜਾਈ ਆਪਾਂ ਇਸ ਹਲੀ ਨਾਲ ਕਰ ਸਕਦੇ ਹਾਂ ਹੱਥੀਕਾਲ ਦੀ ਮੈਂ ਗੁਰਸਮਰਨ ਸਿੰਘ ਤਨੋਆ ਨੈਚੁਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਹਲੀ ਬਾਰੇ ਬੀਜਣ ਵਾਲੀ ਬਾਰੇ ਜਿਹੜੀ ਸਿੰਗਲ ਹਲੀ ਆ ਉਹਦੇ ਬਾਰੇ ਗੱਲ ਕਰਾਂਗੇ ਜੇ ਕਿਸੇ ਨੇ ਬਿੱਗਾ ਤੋਂ ਬਿੱਗੇ ਸਰੋਂ ਬੀਜਣੀਆਂ ਜੀ ਇਸ ਟਾਈਮ ਜਾਂ ਫਿਰ ਆਪਾਂ ਛੋਲੇ ਬੀਜਣੇ ਆ ਜੀ ਦੋਸਤੋ ਜਿਹੜੇ ਛੋਲੇ ਵਗੈਰਾ ਹੁੰਦੇ ਆ ਉਹ ਥੋੜੇ ਮੋਟੇ ਹੁੰਦੇ ਆ ਉਹਨਾਂ ਨੂੰ ਤਾਂ ਆਪਾਂ ਡਾਇਰੈਕਟਲੀ ਘੇਰ ਸਕਦੇ ਆ ਜੀ ਹੁਣ ਸੈਪਟੰਬਰ ਆਪਣਾ ਨਵੰਬਰ ਮਹੀਨਾ ਚੱਲ ਰਿਹਾ ਜੀ ਨਵੰਬਰ ਮਹੀਨੇ ਦੇ ਵਿੱਚ ਮੈਂ ਥੋੜਾ ਵੀਡੀਓ ਪਾਉਣ ਲਈ ਲੇਟ ਆ ਤੇ ਕਾਰਨ ਕੀ ਆ ਕਿ ਬਜਾਈ ਹੋ ਚੁੱਕੀ ਆ ਸਰੋਂ ਦੀ ਲਗਭਗ ਤੇ ਜਿਨ੍ਹਾਂ ਦੋਸਤਾਂ ਨੇ ਸਰੋਂ ਦੀ ਬਜਾਈ ਕਰਨੀਆਂ ਜਾਂ ਛੋਲੀਆਂ ਦੀ ਬਜਾਈ ਕਰਨੀਆਂ ਉਹ ਇਸ ਹਲੀ ਨਾਲ ਕਰ ਸਕਦੇ ਨੇ ਮੈਂ ਹਲੀ ਥੋੜੀ ਜੀ ਮਿਸਤਰੀ ਤੋਂ ਵਧੀਆ ਤਰੀਕੇ ਨਾਲ ਬਣਵਾਈ ਹੋਈ ਆ ਮੈਂ ਪਿਛਲੇ ਤਕਰੀਬਨ 5-7 ਸਾਲਾਂ ਤੋਂ ਇਸ ਹਲੀ ਨਾਲ ਕੰਮ ਕਰ ਰਿਹਾ ਮੈਂ 1 ਤੋਂ 2 ਕਿਲੇ ਵੀ ਇਦਾਂ ਦੀ ਹਰੇਕ ਸਾਲ ਸਰੋਂ ਦੇ ਤੇ ਪੀਲੀ ਸਰੋਂ ਵੀ ਇਦਾਂ ਦੀ ਹੁਣ ਪੀਲੀ ਸਰੋਂ ਤੁਸੀਂ ਦੇਖ ਸਕਦੇ ਹੋ ਇਹ ਬੋਤਲ ਤੇ ਇਸ ਹਲੀ ਨਾਲ ਮੈਂ 2 ਕਿਲਿਆਂ ਦੀ ਬਜਾਈ ਕਰ ਦਿੰਦਾ ਜੀ ਮੈਂ ਬਜਾਈ ਕਰਨ ਤੋਂ ਪਹਿਲਾਂ ਮੇਥਿਆਂ ਦਾ ਛਿੱਟਾ ਜੀ ਬਾਹਣ ਦੇ ਵਿੱਚ ਮੇਥਿਆਂ ਦਾ ਛਿੱਟਾ ਦੇ ਕੇ ਜੀ ਜਿਹੜਾ ਹੈ ਜੀ 60 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਮੇਥਿਆਂ ਦਾ ਛਿੱਟਾ ਪਹਿਲਾਂ ਵਾਹਣ ਦੇ ਵਿੱਚ ਦੇ ਦੇਣਾ ਵਾਹਣ ਤਿਆਰ ਕਰ ਲਿਆ ਮੇਥਿਆਂ ਦਾ ਛਿੱਟਾ ਦੇ ਕੇ ਉਦੋਂ ਬਾਅਦ ਸਵਾਗਾ ਲਾ ਕੇ ਜੀ ਫਿਰ ਉਹਦੇ ਵਿੱਚ ਇਸ ਹਲੀ ਨਾਲ ਬਜਾਈ ਕਰਦਾ ਹਲੀ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਬਣਾਈ ਹੋਈ ਆ ਮੈਂ 2 ਫੁੱਟ ਦੀ ਬਜਾਈ ਕਰਨ ਦੇ ਆ ਤੁਸੀਂ ਦੇਖੋ ਜੀ ਆਪਣੀ ਕਾਮਨ ਹਲੀ ਜਿਹੜੀ ਆਪਣੇ ਆਮ ਹਲੀ ਆਪਾਂ ਘਰਾਂ ਦੇ ਵਿੱਚ ਯੂਜ਼ ਕਰਦੇ ਆ ਖੇਤਾਂ 'ਚ ਸਰੋਂ ਬੀਜਣ ਲਈ ਮੇਥੇ ਆਪਣਾ ਸਮਝ ਲਓ ਵੀ ਛੋਲੇ ਬੀਜਣ ਲਈ ਜਿਹੜੀ ਕਰਦੇ ਆ ਉਹਦੇ ਨਾਲ ਮੈਂ ਆਹ ਇੱਕ ਅਟੈਚਮੈਂਟ ਲਾਈ ਹੋਈ ਆ ਜੀ ਜਿਹੜੀ 2 ਫੁੱਟ ਲੰਬੀ ਆ ਮੈਂ ਜਿਹੜੀ ਪੀਲੀ ਸਰੋਂ ਆ ਬੋਨੇ ਕੱਦ ਵਾਲੀ ਉਹ ਲਾਉਣਾ ਹੁੰਦਾ ਜੀ ਕਿਉਂਕਿ ਉਹ ਫਿਰ ਮਾਰਚ ਦੇ ਪਹਿਲੇ ਹਫਤੇ ਚ ਆ ਜਾਂਦੀ ਆ ਫਿਰ ਉਦੋਂ ਬਾਅਦ ਮੂੰਗੀ ਦਾ ਸਹੀ ਸਮਾਂ ਰਹਿ ਜਾਂਦਾ ਮੂੰਗੀ ਬੀਜਣ ਦਾ ਜੀ ਤੇ ਇਹਦੇ ਚ ਹੁਣ ਇਹ 1 ਫੁੱਟ ਦੀ ਆ ਗਲੀ ਆ 2 ਫੁੱਟ ਦੀ ਆ 1.5 ਫੁੱਟ ਦੀ ਗਲੀ ਆ ਤੇ ਉਸ ਤੋਂ ਬਾਅਦ 2 ਫੁੱਟ ਦੀ ਗਲੀ ਆ ਇਹਨੂੰ ਜਿੰਨਾ ਮਰਜ਼ੀ ਦੂਰ ਕਿਉਂਕਿ ਛੋਲਿਆਂ ਨੂੰ ਆਪਾਂ 1 ਫੁੱਟ ਤੇ ਜਾਂ ਮੂੰਗੀ ਨੂੰ 1.5 ਫੁੱਟ ਤੇ ਤੇ ਸਰੋਂ ਨੂੰ ਆਪਾਂ 2 ਫੁੱਟ ਦੇ ਵਿੱਚ ਦਿਆਂ ਹੁਣ ਤੁਸੀਂ ਇਹਦੀ ਅਟੈਚਮੈਂਟ ਦੇਖ ਸਕਦੇ ਹੋ ਆ ਜਿਹੜੀ ਚਲਦੀ ਕਰਨੀ ਆ ਇਹ ਬਹੁਤ ਜ਼ਰੂਰੀ ਚਲਦੀ ਕਰਨੀ ਆ ਜੀ ਕਿਉਂਕਿ ਜੇ ਆਪਾਂ ਇਹ ਨਹੀਂ ਚਲਦੀ ਕਰਾਂਗੇ ਫਿਰ ਬੀਜਣ ਦੇ ਵਿੱਚ ਅੜਿੱਕਾ ਆਉਂਦਾ ਜੀ ਇਹ ਹੁਣ ਤੁਸੀਂ ਦੇਖ ਸਕਦੇ ਹੋ ਵੀ ਛੋਟਾ ਤੇ ਵੱਡਾ ਆਪਣੇ ਆਪ ਹੋਈ ਜਾ ਰਹੇ ਆ ਬਾਹਰ ਇਹ ਨਿਕਲਣਾ ਨਹੀਂ ਇਹ ਅਟੈਚਮੈਂਟ ਦੇ ਨਾਲ ਆਪਾਂ ਪੂਰੀ ਵਧੀਆ ਇੱਕ ਜਿੰਨੀ ਵਿਥ ਰਾਕੇ ਕਰ ਸਕਦੇ ਆ ਜਿਹੜਾ ਮੇਥਿਆਂ ਦਾ ਪਹਿਲਾ ਛਿਟਾ ਦਿੰਨੇ ਆ ਜੀ ਉਹ ਇੱਕ ਤਾਂ ਆਪਾਂ ਨੂੰ ਮੇਥੇ ਯੂਟਿਲਾਈਜ਼ ਕਰਨ ਨੂੰ ਹੋ ਜਾਂਦੇ ਆ ਮੇਥਿਆਂ ਦਾ ਕਦ ਛੋਟਾ ਰਹਿਣਾ ਜੀ ਸਰੋਂ ਦੇ ਉੱਤੇ ਲੰਘ ਜਾਣਾ ਮੇਥੇ ਆਪਾਂ ਪੱਟ ਕੇ ਉਹਨਾਂ ਦਾ ਮੇਥੇ ਦਾ ਮੈਂ ਮੰਡੀਕਰਨ ਕਰਦਾ ਹੁੰਦਾ ਹੁਣਾਂ ਜੀ ਸਰਦੀਆਂ ਦੇ ਵਿੱਚ ਹੁਣ ਇਹ ਮੇਥੇ ਪੱਕਣ ਜਦੋਂ ਥੋੜੇ ਜੇ ਪੱਟਣ ਜੋਗੇ ਹੋਗੇ ਮੈਂ ਗੜਾਈ ਦਾ ਖਰਚਾ ਮੇਰਾ ਉਸ ਤੋਂ ਵੱਜੂਗਾ ਜੀ ਇਹਨਾਂ ਮੇਥਿਆਂ ਨੂੰ ਮੈਂ ਪੱਟ ਕੇ ਮੰਡੀ ਦੇ ਵਿੱਚ ਵੇਚ ਦੂੰਗਾ ਜਿਹੜੀ ਸਰੋਂ ਹੋ ਗਈ ਬਰਾਬਰ ਖੜੀ ਰਹਿ ਗਈ ਉਹ ਸਰੋਂ ਹੋ ਜਾਣੀ ਆ ਇਦੇ ਵਿੱਚ ਕੱਖਾਂ ਦੀ ਮਾਰ ਉਦੋਂ ਪੈਂਦੀ ਹੈ ਜਦੋਂ ਨਾਲੇ ਸਰੋਂ ਬੀਜਣ ਦੇ ਨਾਲ ਕੱਖ ਹੋ ਜਾਂਦੇ ਆ ਜੀ ਪਰ ਜਦੋਂ ਆਪਾਂ ਨਾਲ ਮੈਥਿਆਂ ਦਾ ਛਿੱਟਾ ਦੇ ਦਾਂਗੇ ਮੈਥੇ ਹਰੇ ਹੋਗੇ ਮੈਥੇ ਪੱਟਦੇ ਆ ਜਦੋਂ ਗੜਾਈ ਆਪਦੇ ਆਪ ਹੋ ਜਾਂਦੀ ਆ ਗੜਾਈ ਦਾ ਖਰਚਾ ਬਚ ਜਾਂਦਾ ਤੁਸੀਂ ਖੇਤ ਚ ਦੇਖ ਸਕਦੇ ਹੋ ਬੀਜੇ ਹੋਏ ਮੇਰਾ ਆ ਹਾਲੀ ਤੁਸੀਂ ਦੇਖ ਲਈ ਆ ਜੀ ਕਿਵੇਂ ਆਪਾਂ ਇਹਦੇ ਨਾਲ 1 ਫੁੱਟ 1.5 ਫੁੱਟ ਤੇ 2 ਫੁੱਟ ਤੇ ਬਜਾਈ ਕਰ ਸਕਦੇ ਆ ਮੈਥੇ ਹੋਏ ਹਰੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਇਹ ਸਾਰੇ ਮੈਥੇ ਹਰੇ ਹੋਏ ਹੋਏ ਨੇ ਆ ਦੋਸਤ ਸਿਆੜ ਨੇ ਜੀ ਆ ਸਰੋਂ ਹਰੀ ਹੋਈ ਹੋਈ ਆ ਜੀ ਵਿੱਚ ਇਹਨਾਂ ਦੋ ਸਿਆੜਾਂ ਦੇ ਵਿੱਚ ਆਪਾਂ ਨੇ ਸਰੋਂ ਲਾਈ ਹੋਈ ਆ ਸਰੋਂ ਦਾ ਜਿਹੜਾ ਫਰਕ ਆ ਜੀ ਉਹ ਆਪਾਂ 2 ਫੁੱਟ ਰੱਖਿਆ ਹੋਇਆ ਇਹਦੇ ਵਿੱਚ ਆਪਾਂ ਮੈਥੇ ਬੀਜੇ ਸੀ ਮੈਥਿਆਂ ਦਾ ਤੁਹਾਨੂੰ ਦੱਸਿਆ ਸੀ ਵੀ 60 60 ਕਿਲੋ 1 ਏਕੜ ਦੇ ਵਿੱਚ ਛਿਟਾ ਦੇ ਦਿੰਨੇ ਆ ਆਪਾਂ ਲਗਭਗ 12 13 ਕਿਲੋ ਵਿੱਗੇ ਦਾ ਪਾ ਕੇ ਮੈਥਿਆਂ ਦਾ ਛਿਟਾ ਦੇ ਕੇ ਉਦੋਂ ਬਾਅਦ ਆਪਾਂ ਸੁਹਾਗਾ ਮਾਰ ਕੇ ਫਿਰ ਇਹਦੇ 'ਚ ਹਲੀ ਦੇ ਨਾਲ ਸਰੋਂ ਵੀਰ ਦਿੰਨੇ ਆ ਸਰੋਂ 2 ਫੁੱਟ ਤੇ ਹੋ ਜਾਣੀਆਂ ਇਹ ਪੀਲੀ ਸਰੋਂ ਆ ਜੀ ਛੋਟੇ ਕੱਦ ਵਾਲੀ ਇਦੋਂ ਪਹਿਲਾਂ ਜਦੋਂ ਅਗਲੇ ਹੁਣ 15-20 ਦਿਨਾਂ ਚ ਮੇਥੇ ਐਡ-ਐਡੇ ਕਹੋਗੇ ਤਾਂ ਉਦੋਂ ਆਪਾਂ ਪਟਾਈ ਸ਼ੁਰੂ ਕਰਕੇ ਇਹਨਾਂ ਨੂੰ ਇਹਨਾਂ ਦਾ ਮੰਡੀਕਰਨ ਕਰਦਾਂਗੇ ਪਿਓਰ ਆਰਗੈਨਿਕ ਮੇਥੇ ਨੇ ਜੀ ਇਹਨਾਂ ਨੂੰ ਆਪਾਂ ਮੰਡੀ ਦੇ ਵਿੱਚ ਸੇਲ ਕਰਦਾਂਗੇ ਕੋਸਕਾ ਆਪਾਂ ਸੁਕਾ ਕੇ ਰੱਖ ਲਾਂਗੇ ਫਰਦਰ ਜੂਸ ਲਈ ਜਿਹੜੇ ਸੁਕਾ ਕੇ ਡਰਾਈ ਫਾਰਮ ਦੇ ਵਿੱਚ ਆਪਾਂ ਪੈਕੇਟ ਬਣਾ ਕੇ ਵੀ ਸੇਲ ਕਰਦੇ ਆਂ ਤੇ ਇਦੋਂ ਬਾਅਦ ਜਿਹੜੀ ਹੈਗੀ ਆ ਜੀ ਸਰੋਂ ਦੀ ਗੁੜਾਈ ਵੱਜੂਗੀ ਆਪਣੀ ਹੁਣ ਇਹ ਐਨੇ ਸੰਘਣੇ ਹੋ ਜਾਣਗੇ ਵੀ ਜਿਹੜੇ ਹੋਰ ਕੱਖ ਨੇ ਉਹ ਛੇਤੀ ਨਹੀਂ ਹੋਣੇ ਜਦੋਂ ਆਪਾਂ ਇਹਨਾਂ ਨੂੰ ਪੱਟਾਂਗੇ ਨਾਲ ਦੀ ਨਾਲ ਆਪਣਾ ਗੜਾਈ ਦਾ ਕੰਮ ਵੀ ਹੋ ਜਾਊਗਾ ਜੀ ਤੇ ਇਹਨਾਂ ਨੂੰ ਮੇਥੇ ਪੱਟ ਕੇ ਆਪਾਂ ਮੰਡੀ ਕਰਨ ਵੀ ਕਰ ਦਾਂਗੇ ਦੋਨੋਂ ਕੰਮ ਈਜ਼ੀਲੀ ਹੋ ਜਾਣਗੇ ਤੇ 2 ਫੁੱਟ ਦੀ ਦੂਰੀ ਇਹਦੇ ਪੀਲੀ ਸਰੋਂ ਲਈ ਠੀਕ ਰਹਿੰਦੀ ਆ ਜਿਹੜੀਆਂ ਦੂਜੀਆਂ ਸਰੋਂਾਂ ਨੇ ਉਹਨਾਂ ਲਈ 3 ਫੁੱਟ ਦੀ ਦੂਰੀ ਸ਼ੈਫੀਸ਼ੈਂਟ ਹੁੰਦੀ ਆ ਜੇ ਆਪਾਂ ਹਲੇ ਨਾਲ ਗੇਰਦੇ ਆ ਤੇ ਜਿਹੜਾ ਮੈਂ ਤੁਹਾਨੂੰ ਬੋਤਲ ਦੀ ਗੱਲ ਕੀਤੀ ਸੀ ਬੋਤਲ ਦਾ ਫਾਇਦਾ ਇਹ ਹੈ ਜੀ ਹੁਣ ਤੁਸੀਂ ਇਹਦੇ ਚ ਸਿਆੜ ਦੇ ਵਿੱਚ ਦੇਖੋਗੇ ਜੀ ਕਿੱਕਲਾ ਕੱਲਾ ਬਦਾਣਾ ਇੱਕੋ ਜਿੰਨੀ ਦੂਰੀ ਤੇ ਡਿਗਿਆ ਹੋਇਆ ਤੇ ਇਦੋਂ ਬਾਅਦ ਆਪਾਂ ਇਹਨੂੰ 20-25 ਦਿਨਾਂ ਤੱਕ ਥੋੜੀ-ਥੋੜੀ ਛਿੱਧੀ ਕਰਦਾਂਗੇ ਸਰੋਂ ਨੂੰ ਤੇ ਇਹਦੇ ਨਾਲ ਸਾਰਾ ਪ੍ਰੋਪਰਲੀ ਆਪਾਂ ਯੂਟਿਲਾਈਜ਼ ਕਰ ਸਕਦੇ ਹਾਂ ਆਪਣਾ ਜਗ੍ਹਾ ਨੂੰ ਮੈਨੇਜ ਕਰ ਸਕਦੇ ਹਾਂ ਤੇ ਜਿਹੜਾ ਥੱਲੇ ਮਿੱਥਿਆਂ ਦਾ ਛੱਟਾ ਉਹਦੇ ਨਾਲ ਕੱਖਾਂ ਦੀ ਸਮੱਸਿਆ ਨੂੰ ਆਪਾਂ ਨਦੀਨਾਂ ਦੀ ਸਮੱਸਿਆ ਨੂੰ ਪੂਰਨ ਤੌਰ ਤੇ ਕੰਟਰੋਲ ਕਰ ਲੈਣੇ ਆ ਜੀ ਧੰਨਵਾਦ ਜੀ